ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਨਿਸ਼ਾਨ ਸਿੰਘ, ਮੁਖੀ ਅਰਥ ਸ਼ਾਸਤਰ ਵਿਭਾਗ, ਖਾਲਸਾ ਕਾਲਜ ਪਟਿਆਲਾ। ਮੇਰੇ ਬਹੁਤ ਹੀ ਪਿਆਰੇ ਵਿਦਿਆਰਥੀਓ, ਆਪ ਨੂੰ ਪਤਾ ਹੈ ਕਿ ਪੂਰੇ ਵਰਲਡ ਵਿੱਚ ਕੋਵਿਡ-19 ਦਾ ਪ੍ਰਕੋਪ ਚੱਲ ਰਿਹਾ ਹੈ। ਆਪ ਇਸ ਸਮੇਂ ਘਰ ਵਿੱਚ ਬੈਠ ਕੇ ਹੀ ਇੰਟਰਨੈੱਟ ਦੇ ਮਾਧਿਅਮ ਰਾਹੀਂ ਆਪਣੀ ਪੜ੍ਹਾਈ ਜਾਰੀ ਰੱਖਣਾ। ਇਸ ਤੋਂ ਇਲਾਵਾ ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਨੇ ਆਪ ਨੂੰ ਜੋ ਆਡੀਓ ਵੀਡੀਓ ਭੇਜੀਆਂ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਪੜ੍ਹਨਾ। ਇਸ ਤੋਂ ਇਲਾਵਾ ਜੇਕਰ ਫਿਰ ਵੀ ਕੋਈ ਦਿੱਕਤ ਆਵੇ ਤਾਂ ਮੇਰਾ ਨੰਬਰ 84-277-29-923 'ਤੇ ਜਦੋਂ ਵੀ ਚਾਹੋ ਫੋਨ ਕਰ ਸਕਦੇ ਹੋ। ਮੇਰੇ ਬਹੁਤ ਹੀ ਪਿਆਰੇ ਵਿਦਿਆਰਥੀਓ, ਜਦੋਂ ਆਪ ਦੇ ਪਾਸ ਵਿਹਲਾ ਸਮਾਂ ਹੋਵੇ ਤਾਂ ਆਪਣੇ ਮਾਤਾ ਪਿਤਾ ਦੇ ਨਾਲ ਘਰ ਦੇ ਰੋਜ਼ਮਰ੍ਹਾ ਦੇ ਕੰਮ ਵਿੱਚ ਹੱਥ ਵਟਾਉਣਾ। ਇਸ ਤੋਂ ਇਲਾਵਾ ਜੇਕਰ ਫਿਰ ਵੀ ਵਿਹਲਾ ਸਮਾਂ ਮਿਲ ਜਾਵੇ ਤਾਂ ਆਪ ਇੰਟਰਨੈੱਟ ਦੇ ਮਾਧਿਅਮ ਰਾਹੀਂ ਇਕਨੋਮਿਕਸ ਦੇ ਬਹੁਤ ਹੀ ਅੱਛੇ ਅੱਛੇ ਔਥਰ ਦੀਆਂ ਬੁੱਕਸ ਪੜ੍ਹਨਾ ਤਾਂ ਕਿ ਤੁਹਾਨੂੰ ਇਕਨੋਮਿਕਸ ਦਾ ਗਿਆਨ ਬਹੁਤ ਅੱਛੀ ਤਰ੍ਹਾਂ ਨਾਲ ਪ੍ਰਾਪਤ ਹੋ ਸਕੇ। ਮੇਰੇ ਪਿਆਰੇ ਵਿਦਿਆਰਥੀਓ, ਮੈਂ ਅਖੀਰ ਵਿੱਚ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਅਸੀਂ ਤੰਦਰੁਸਤੀ ਦੇ ਨਾਲ ਇਸ ਪ੍ਰਕੋਪ ਵਿੱਚੋਂ ਬਾਹਰ ਨਿਕਲ ਆਈਏ ਅਤੇ ਆਪਣੇ ਰੋਜ਼ਮਰ੍ਹਾ ਦੇ ਕੰਮ ਵਿੱਚ ਰੁੱਝ ਜਾਈਏ। ਇਸ ਨਾਲ ਖਾਲਸਾ ਕਾਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਧੰਨਵਾਦ ਸਰ।